ਨਨ ਮਹ ਜੇ ਤਰਸ ਦੇ ਬਾਦ ਪਸੀ ਦੇ ਧਾਰ ਵਾਹਿਗੁਰੂ ਸਾਹਿਬ ਜੀ ਕਬਿੱਤ ਦਰਸ ਤਿਆਨੰਦੇ ਬਦ੍ਰਿਸ਼ਟ ਪਰ GaAs ਭਈ ਕਾਰਣਾ ਕਟਾਸ਼ ਦਿਵ ਦਿਹ ਪਰਵਾਨ ਹੈ ਸਬਦ ਸੁਰ ਤਲਿਵ ਬਜਰ ਕਾ ਪਾਟ ਕੁੱਲੇ ਪ੍ਰੇਮ ਰਸ ਰਸਣ ਕ ਅਮਰਤ ਨਿਦਾਨ ਹੈ चरण कमल मकरंद बास ना शोभा सुहास्त पूजा पर नाम सफल सुज्ञान है अंग अंग बिस्म सर्वंग में समाए भए मान मन साथक तो ब्रह्म ध्यान है ਵਾਹਿ ਗੁਰੂ ਦੇ ਕਾ ਖਾਲਸਾ ਵਾਹਿਗੁਰੂ ਦੇ ਕੀ ਫਤਿਹ ਪਰਮ ਸਨਮਾਨਯੋਗ ਸਤਕਾਰਯੋਗ ਗੁਰੂ ਜਵਾਰੀ ਗੁਰੂ ਪਿਆਰੀ ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ ਸਤ ਗੁਰਾਂ ਦੇ ਅਤਿਅੰਤ ਬਖਸ਼ਿਸ਼ ਦੇ ਸਦਕਾ ਸਰਬੱਤ ਮਾਈ ਭਾਈ ਗੁਰ ਸਿੱਖ ਸੰਗਤਾਂ ਮਿਲ ਜੁਲ ਕੇ ਕਿਰਪਾਲੂ ਦਿਆਲੂ ਸਤ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਵਨ ਪਵਿੱਤਰ ਸਥਾਨ ਤੇ ਸਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਗੋਦ ਅੰਦਰ ਜੁੜ ਮਿਲ ਬੈਠ ਕੇ ਸਹਿਬਾਂ ਦੇ ਅੰਮ੍ਰਿਤਮਈ ਬਚਨ ਜਿਹੜੇ ਉਹਨਾਂ ਨੂੰ ਅਸੀਂ ਸਰਵਨ ਕਰਕੇ ਜੀਵਨ ਵਿੱਚ ਤਾਰਨ ਕਰਕੇ ਜੀਵਨ ਅੰਮ੍ਰਿਤ ਬਣਾਉਣ ਦਾ ਯਤਨ ਭੇ ਕਰ ਰਹੇ ਹਾਂ। ਧਿਆਲੂ ਕਿਰਪਾਲੂ ਸਤਿਗੁਰੂ ਆ ਸਾਡੇ ਜੀਵਾਂ ਤੇ ਤਰੁੱਠ ਕਰਕੇ ਸਾਨੂੰ ਸੋਜ ਬੋਜ ਬਖਸ਼ ਦੇਆ। ਜੋ ਬਚਨ ਸੰਸਾਰ ਦੇ ਕਲਿਆਣ ਹਿਤ ਕਹੇ ਨੇ ਉਹਨਾਂ ਨੂੰ ਭਾਈ ਸੈ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਰਚਨਾ ਦੇ ਦੁਆਰਾ ਉਚਾਰਨ ਕਰਕੇ ਆਪਣੀ ਰਚਨਾ ਦੇ ਵਿੱਚ ਗੁੰਥੜ ਕੀਤਾ ਹੈ ਆਉਣ ਵਾਲੇ ਪਵਿੱਖ ਦੇ ਅੰਦਰ ਜਿੰਨੇ ਵੀ ਸੰਸਾਰ ਦੇ ਜੀਵ ਇਸ ਰਚਨਾ ਨੂੰ ਪੜਨਗੇ ਅਧਿਨ ਕਰਨਗੇ ਸਰਵਨ ਕਰਨਗੇ ਇਨ ਗੁਣਾ ਨੂੰ ਜੀਵਨ ਵਿੱਚ ਧਾਰਨ ਕਰਕੇ ਗੁਰੂ ਨਾਲ ਮਿਲਾ ਪੀਏ ਬਣ ਜਾਣਗੇ ਸਨਸਾਰ ਅੰਦਰ ਰਹਿ ਕਰਕੇ ਨਰੰਕਾਰ ਦੇ ਨਾਲ ਬਚਨੋ ਬिलास ਕਰਨਗੇ ਅੰਦਰ ਗੁਰਮਤ ਉਪਜੇਗੀ ਤੇ ਦੂਜਿਆਂ ਨੂੰ ਮਾਰਗ ਤੇ ਚਲਾਉਣਗੇ ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਕਬਿੱਤ ਸਵਈਆਂ ਦੀ ਵਿਚਾਰ ਕਰਦੇ ਆ ਰਹੇ ਹਾਂ ਅਈ ਸਹਿਬ ਸਾਨੂੰ ਆਪਣੀ ਕਵਿਤ ਸਵਾਈਆਂ ਦੇ ਦੁਆਰਾ ਬਚਨ ਬਲਾਸ ਕਰਦੇ ਆ ਰਹੇ ਨੇ ਭਾਈ ਸਹਿਬ ਉਸ ਆਕਾਲ ਪੁਰਖ ਵੈਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਉਹਦੀ ਰਹਿਮਤ ਸਾਨੂੰ ਦੱਸ ਦੇ ਨੇ ਉਹਦੇ ਦਰਸ਼ਨ ਸਾਨੂੰ ਦਰਸਾਉਂਦੇ ਨੇ ਦਰਸ ਧਿਆਨ ਦੇ ਬਦਰਿਟ ਪਰਗਾਸ ਪਈ ਭਾਈ ਗੁਰਦਾਸ ਸਾਹਿਬ ਕਹਿੰਦੇ ਸਤਿਗੁਰੂ ਐਸੇ ਨੇ ਜਦੋਂ ਉਹਨਾਂ ਦੇ ਦੇਦਾਰ ਬਾਬਤ ਪੁੱਛਿਆ ਮਨ ਦੇ ਅੰਦਰ ਬਲਵਲਾ ਜਿਹਾ ਉੱਠਿਆ ਤੇ ਮਹਾਰਾਜ ਨੇ ਬਚਨ ਕਹਿਣ ਲੱਗੇ ਮਾਈ ਮੋਰੋ ਪ੍ਰੀਤਮਾ RAM ਬਤਾਵੋ ਰੀ ਮਾਈ ਗੁਰੂ ਰਾਮਦਾਸ ਸਾਹਿਬ ਹੇ ਭਾਈ ਹੇ ਮਾਈ ਹੇ ਮਾਂ ਮੇਰਾ ਪਿਆਰਾ ਪ੍ਰੀਤਮ ਦੱਸੋ ਇਹ ਪੁੱਛਣਾ ਉਦੋਂ ਪੈਂਦਾ ਜਦੋਂ ਦਿਸਿਆ ਨਾ ਇਹ ਜੀਵ ਦੇ ਅੰਦਰ ਦੀ ਹਾਲਤ ਜੀਵ ਨੂੰ ਉਪਦੇਸ਼ ਕਿ ਪੁੱਛ ਕਿ ਮੇਰਾ ਗੁਰੂ ਕਿਵੇਂ ਮਿਲੇਗਾ ਮੇਰਾ ਗੁਰੂ ਕਿਸ ਤਰ੍ਹਾਂ ਦਰਸ਼ਨ ਦੇਵੇਗਾ ਉਹਦੇ ਨਾਲ ਮਿਲਿਆ ਕਿਵੇਂ ਜਾਏਗਾ ਇਹਦਾ ਮਤਲਬ ਇਹ ਨਹੀਂ ਕਿ ਗੁਰੂ ਰਾਮਦਾਸ ਮਹਾਰਾਜ ਆਪਣੇ ਆਪ ਨੂੰ ਕਹਿੰਦੇ ਉਤਮ ਭਗਤੀ ਦੇ ਦੁਆਰਾ ਸਾਨੂੰ ਸਮਝਾਉਂਦੇ ਹਾ ਹਰ ਬਿਨ ਖਿਨ ਪਲ ਰਹਿ ਨਾ ਸਕੋ ਸਿਖਾ ਤੇਰੇ ਅੰਦਰ ਦੀ ਇਹ ਹਾਲਤ ਹੋਵੇ ਬਿੰਤੀ ਹੋਵੇ ਕਿ ਮੇਰੇ ਤੋਂ ਹਰੀ ਪਰਮਾਤਮਾ ਵੈ ਗੁਰੂ ਦੇ ਬਗੈਰ ਇੱਕ ਖਿਨ ਅੱਖ ਦੀ ਪਲਕ ਝਮਕਨ ਜਿੰਨਾ ਸਮਾਂ ਵੀ ਰਿਹਾ ਨਹੀਂ ਜਾ ਸਕਦਾ ਔਰ ਰਹਿ ਨਹੀਂ ਸਕਦਾ ਜੈਸੇ ਕਰਹ ਲਬੇਲ ਰੀ ਜ਼ਾਈ ਮਹਾਰਾਜ ਮੇਰੇ ਤੇ ਕਿਰਪਾ ਕਰੋ ਰਹਿਮਤ ਵਰਸਾ ਦਿਓ ਦਰਸ ਧਿਆਨ ਦੇਬ ਦ੍ਰਿਸ਼ਟ ਪਰਗਾਸ ਪਈ ਉਹਦਾ ਦਰਸ਼ਨ ਹੋ ਜਾਵੇ ਦੀਦਾਰ ਹੋ ਜਾਵੇ ਉਹਦੇ ਦਰਸ਼ਨਾਂ ਦੀ ਉਡੀਕੇ ਅੱਖਾਂ ਵਿੱਚ ਸੇਕਿਆ ਪਿਆਸ ਏ ਜਿਹਨੂੰ ਮਹਾਰਾਜ ਕਹਿੰਦੇ ਦਰਸ਼ਨ ਪਿਆਸੀ ਦਿਨ ਸੋ ਰਾਤ ਚਿਤਵਾਂ ਆਨੰਦ ਦੇ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗਨ ਮੀਤ ਉਹ ਜਿਹੜਿਆ ਦیدار ਉਹਦਾ ਦਰਸ਼ਨ ਹੋ ਜਾਵੇ ਜਿਹੜੇ ਦਰਸ਼ਨ ਡਠੇ ਲੈਨ ਬਿ ਜੋਗਾ ਜੀ ਉਹ ਦਰਸ਼ਨ ਦੇਖ ਦੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰ ਮੇਰਾ ਉਹ ਦਰਸ ਉਹਦਾ ਦੀਦਾਰ ਧਿਆਨ ਦਰਸ਼ਨ ਹੋਵਣ ਕਹਿੰਦੇ ਐਸਾ ਅੰਦਰ ਬਰਬਲਬਲਾ ਆਵੇ ਕਿ ਉਹ ਪਰਮਾਤਮਾ ਨਾਲ ਜੁੜਨ ਦਾ ਅੰਦਰ ਖਿਆਲਤ ਤਿੱਬਰ ਇੱਛਾ ਜਾਗੇ ਤੇ ਜਦੋਂ ਜਿਹੜੀ ਦ੍ਰਿਸ਼ਟੀ ਦੇ ਨਾਲ ਦਰਸ਼ਨ ਹੋਇਆ ਅੰਦਰ ਆਤਮੇ ਉਹ ਦਿਵ ਪ੍ਰਕਾਸ਼ ਵਾਲੀ ਹੋ ਗਈ ਅੰਦਰ ਹੋ ਗਿਆ ਪ੍ਰਕਾਸ਼ ਤੇ ਹੁਣ ਮਹਾਰਾਜ ਕਹਿੰਦੇ ਮਨ ਸਾਚਾ ਮੁਖ ਸਾਚਾ ਸੋਏ ਮਨ ਵਿੱਚ ਵੀ ਸੱਚਾ ਮਨ ਕਰਕੇ ਵੀ ਸੱਚਾ ਤੇ ਮੌਖ ਵਿੱਚ ਬਚਨ ਵੀ ਸੱਚੇ ਦੇ ਸੱਚੇ ਅਵਰ ਨਾ ਪੇਖੈ ਇਕਸ ਬਿਨ ਕੋਏ ਹੁਣ ਉਹ ਜਿਹੜੇ ਨੇਤਰ ਹੈ ਨਾ ਉਹ ਇੱਕ ਪਰਮਾਤਮਾ ਤੋਂ ਬਗੈਰ ਦੂਜੇ ਨੂੰ ਦੇਖਣਾ ਪਸੰਦ ਹੀ ਨਹੀਂ ਕਰਦੇ ਕਿਉਂਕਿ ਦਿਬ ਦ੍ਰਿਸ਼ਟ ਹੋ ਗਈ ਪ੍ਰਕਾਸ਼ ਹੋ ਗਿਆ ਦੇਦਾਰ ਹੋਣ ਲੱਗ ਪਿਆ ਹੁਣ ਉਹੀ ਦਰਸ਼ਨ ਦੇਖਣਾ ਪਸੰਦ ਨੇਤਰ ਕਰਦੇ ਨੇ ਨਾਨਕ ਇਹ ਲੱਛਣ ਬ੍ਰह्म ਗਿਆਨੀ ਹੋਏ ਇਹ ਬ੍ਰह्म ਗਿਆਨੀ ਦੀ ਦ੍ਰਿਸ਼ਟੀ ਹੈ ਦਿਬਦ੍ਰਿਸ਼ਟੀ ਹੋ ਜਾਣੀ ਔਰ ਪ੍ਰਕਾਸ਼ ਪਈ ਉਹ ਪ੍ਰਕਾਸ਼ਮਈ ਬਣ ਗਏ ਤੇ ਜਦੋਂ ਅੰਤਰਾਤਮੇ ਧਿਆਨ ਜੁੜਿਆ ਉਦੋਂ ਪ੍ਰਭੂ ਨੂੰ ਧਿਆਉਣ ਲੱਗ ਪਿਆ ਹਰ ਵਕਤ ਉਠਤ ਬੈਠਤ ਸੋਬਤ ਜਾਗਤ ਉੱਠਦੇ ਆ ਬੈਹਂਦੇ ਆ ਸੋਤੇ ਆਂ ਜਾਗਨਿਆ ਹਰ ਧਿਆਇ ਸਗਲ ਅਵਰਦਾ ਜਿਉ ਉਹਨੂੰ ਹਰੀ ਨੂੰ ਧਿਆਉਂਦੇ ਐਉਂ ਵੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਕਹਿੰਦੇ ਉਠ ਤ ਬੈਠ ਸੋਵਤ ਜਾਗਤ ਅਰ ਉਠਦੇ ਆ ਬੈਨਦੇ ਆ ਸੁੱਤਿਆ ਜਾਗਨਿਆ ਇਹ ਮਨ ਤੁਝੈ ਚਿਤਾਰੈ ਮਹਾਰਾਜ ਇਹ ਮਨ ਤੈਨੂੰ ਚੇਤਾਰ ਦਾ ਚੇਤੇ ਕਰਦਾ ਯਾਦ ਕਰਦਾ ਔਰ ਕਹਿੰਦੇ ਹੁਣ ਅੰਦਰ ਪ੍ਰਗਾਸ ਹੋ ਗਿਆ ਦ੍ਰਿਸ਼ਟੀ ਪ੍ਰਕਾਸ਼ਮਈ ਹੋ ਗਈ ਕਰਨਾ ਕਟਾਕ ਦੇ ਬਦੇ ਪਰਵਾਹ ਨਾ ਹੈ ਉਹਦੀ ਕਰਨਾ ਉਹਦੀ ਕਿਰਪਾ ਦੇ ਨਾਲ ਉਹਦੀ ਰਹਿਮਤ ਦੇ ਨਾਲ ਔਰ ਉਹਦੀ ਕਟਾਸ਼ ਨਦਰ ਦੇ ਨਾਲ ਕਹਿਣ ਲੱਗੇ ਇਹ ਦੇਵੀ ਜਿਹੜੀ ਇਹਨਾਂ ਪ੍ਰਕਾਸ਼ ਵਾਲਾ ਸਰੀਰ ਹੋ ਗਿਆ ਤੇ ਪਰਮਾਤਮਾ ਨੂੰ ਪ੍ਰਵਾਨ ਹੋਇਆ ਜਦੋਂ ਅੰਦਰ ਪਰਮਾਤਮਾ ਦਾ ਦੇਦਾਰ ਹੋ ਗਿਆ ਜਦੋਂ ਅੰਤਰ ਆਤਮੇ ਪ੍ਰਭੂ ਪ੍ਰਗਟ ਹੋ ਗਿਆ ਜਦੋਂ ਪ੍ਰਭੂ ਤੇ ਧਿਆਨ ਇਕਾਗਰ ਹੋ ਗਿਆ ਧਿਆਨ ਦੇ ਨਾਲ ਦੇਦਾਰ ਕੀਤੇ ਨਾਣਿਆ ਸਬਦ ਸੁਰ ਤਲਵ ਬੱਜਰ ਕਾ ਪਾਟ ਖੁੱਲੇ ਜਦੋ ਸ਼ਬਦ ਦੇ ਵਿੱਚ ਸੁਰਤ ਨੂੰ ਜੋੜਿਆ ਜਿਹੜੀ ਸੁਰਤ ਸਾਡੀ ਟੁੱਟ ਗਈ ਜਿੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਲਿਵ ਛੁੜ ਗਈ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਉਹ ਜਦੋਂ ਟੁੱਟੀ ਲਿਵ ਦੁਬਾਰਾ ਜੁੜੀ ਨਾ ਸ਼ਬਦ ਦੇ ਅਰਥ ਮਹਾਂਪੁਰਖ ਬ੍ਰਹਮ ਵੀ ਕਰਿਆ ਕਰਦੇ ਸਨ ਉਹ ਤਨ ਦੇ ਵਿੱਚ ਧਿਆਨ ਜੁੜ ਗਿਆ ਸੁਰਤ ਜੁੜ ਗਈ ਬ੍ਰਹਮ ਦੇ ਵਿੱਚ ਲੇਵਲ ਲੱਗ ਗਏ ਤੇ ਬੱਜਰ ਕਪਾਟ ਖੁੱਲੇ ਜਿਹੜੇ ਬੱਜਰ ਬੜੇ ਕਰੜੇ ਭ੍ਰੰਪੇਦ ਦੇ ਔਰ ਜਿਹੜੇ ਅਵਿਦਿਆ ਦੇ ਪਰਦੇ ਕਪਾਟ ਦਰਵਾਜੇ ਲੱਗੇ ਸਨ ਜਿਨ੍ਹਾਂ ਦਰਵਾਦਿਆਂ ਨੂੰ ਤਾਕੇ ਮਹਾਰਾਜ ਕਹਿੰਦੇ ਨੇ ਏ ਮੇਰੇ ਵੈਗਰੂ ਖੋਲ ਕੇ ਵਾਰ ਦੇਖ ਲੈ ਦਰਸ਼ਨ ਪੁਨਰਪ ਜਨਮ ਨਾ ਆਈਏ ਜੇ ਤੂੰ ਉਹ ਕੁਆੜ ਖੋਲ ਕੇ ਭ੍ਰੰਪੇਦ ਦੇ ਤੇ ਮਹਾਰਾਜ ਦਰਸ਼ਨ ਕਰਾ ਦੇਵੇਂ ਫਿਰ ਆਉਣਾ ਜਾਣਾ ਮੁੱਕ ਜਾਂਦਾ ਹੈ ਔਰ ਉਹ ਕੁਵਾੜ ਖੋਲ ਔ ਉਹਨਾਂ ਕੁਵਾੜਾ ਨੂੰ ਖੁੱਲ ਜਾ ਖੋਲ ਦਿੰਦਾ ਹੈ ਜਿਹੜੇ ਬੜੇ ਕਰੜੇ ਨੇ ਪ੍ਰੇਮ ਰਸ ਰਸਨ ਕੈ ਅੰਮ੍ਰਿਤ ਨਿਧਾਨ ਹੈ ਉਹ ਪ੍ਰੇਮ ਦਾ ਰਸ ਰਸਨ ਕੈ ਜਿਹੜੀ ਰਸਨਾ ਦੇ ਨਾਲ ਆਵੇ ਔਰ ਉਹ ਅੰਮ੍ਰਿਤ ਨਾਮ ਰਸ ਜਿਹੜਾ ਹੈ ਉਹ ਰਸਨ ਕੈ ਅੰਮ੍ਰਿਤ ਹਿਰਦੇ ਚ ਵਸਦਾ ਰਸਨਾ ਤੇ ਵਸਦਾ ਰੋਮ ਰੋਮ ਵਿੱਚ ਉਹ ਰਸ ਉਤਰਦਾ ਜਿਹੜਾ ਪ੍ਰਭੂ ਦੇ ਨਾਮ ਦਾ ਹੈ ਉਹ ਖਜ਼ਾਨਾ ਹੈ ਨਿਧਾਨ ਖਜ਼ਾਨਾ ਹੈ ਰਸਾਂ ਸਾਰਿਆਂ ਦਾ ਨਾਮ ਜਦੋਂ ਜੀਵਨ ਵਿੱਚ ਨਾਮ ਆਉਂਦਾ ਹੈ ਤੇ ਸਾਰ ਰਸ ਮਿਲ ਜਾਂਦੇ ਨੇ ਕਿਸੇ ਰਸ ਦੀ ਇੱਛਾ ਨਹੀਂ ਰਹਿੰਦੀ ਉਹਦੋਂ ਅਵਸਥਾ ਹੋ ਜਾਂਦੀ ਕਾਹੂ ਬਲਕਿ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗ ਰਚੈ ਉਹ ਭਗਤੀ ਕਰਨ ਵਾਲਾ ਪ੍ਰਭੂ ਦੀ ਕੀਰਤੀ ਦੇ ਨਾਲ ਰਚਿਆ ਮਿਚਿਆ ਹੋਰ ਉਹਨੂੰ ਕਿਸੇ ਚੀਜ਼ ਦੀ ਲੋੜ ਨਹੀਂ ਔਰ ਭਗਤ ਜੀ ਜਦੋਂ ਕਹਿੰਦੇ ਨੇ ਜੁੜਦੇ ਨੇ ਅੰਦਰ ਉਹ ਰਸ ਨੂੰ ਮਾਣਦੇ ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਚਰਨ ਕਮਲ ਮਕਰੰਦ ਬਾਸ ਨ ਸੁਬਾਸ ਕਹਿੰਦੇ ਪ੍ਰਭੂ ਦੇ ਚਰਨਾ ਕਮਲਾਂ ਦੇ ਨਾਲ ਜਿਹੜਾ ਉਹਦੇ ਤੇ ਆ ਕੇ ਨਮਸਕਾਰ ਕਰਨੀ ਅੰਦਰੋ ਝੁਕ ਜਾਣਾ ਅੰਦਰੋ ਗੁਰੂ ਦੇ ਚਰਨਾਂ ਨਾਲ ਜੁੜ ਜਾਣਾ ਤੇ ਜਿਵੇਂ ਪੌਰਾ ਫੁੱਲ ਦੇ ਉੱਪਰ ਆ ਕੇ ਮੁਕਰੰਦੀ ਦਾ ਰਸ ਮਾਣਦਿਆਂ ਹੋਇਆ ਉਹਦੇ ਤੋਂ ਉੱਡਣਾ ਭੁੱਲ ਜਾਂਦਾ ਹੈ ਤੇ ਆਪਣਾ ਖੀਰਲਾ ਸਵਾਸ ਉਸ ਕਵਲ ਦੇ ਉੱਪਰ ਕੱਢਦਾ ਹੈ ਜੁਦੇ ਕਰਦਾ ਹੈ ਆਪਣੀ ਦੇਹ ਨੂੰ ਸਰੀਰ ਨੂੰ ਇੱਥੇ ਤਿਆਗਦਾ ਹੈ ਜਦੋਂ ਰਸ ਦੇ ਵਿੱਚ ਮਗਨ ਹੋਇਆ ਤੇ ਜਿਹੜਾ ਗੁਰ ਸਿੱਖ ਗੁਰੂ ਦੇ ਚਰਨਾਂ ਤੇ ਨੱਕ ਮਸਤਕ ਹੁੰਦਾ ਹੈ ਨਾ ਅੰਦਰੋਂ ਬਾਹਰੋਂ ਉਹਨੂੰ ਜਿਨੂੰ ਰਸ ਨਾਮ ਦਾ ਪ੍ਰਭੂ ਦਾ ਆਉਣ ਲੱਗ ਜਾਂਦਾ ਹੈ ਉਸੇ ਰਸ ਦੇ ਵਿੱਚ ਇਹ ਸਰੀਰ ਤਿਆਗਣਾ ਚਾਹੁੰਦਾ ਰਸ ਨੂੰ ਛੱਡਣਾ ਨਹੀਂ ਚਾਹੁੰਦਾ ਚਰਨ ਕਮਲ ਮਕਰੰਦ ਬਾਸਨਾ ਸੁਬਾਸ ਕਲ ਲਗੇ ਨਕ ਸਫਲ ਜਦੋਂ ਨਮਸਕਾਰ ਕੀਤੀ ਉਹ ਸੁਗੰਧੀ ਨਾਮ ਦੀ ਮਾਨਣ ਲੱਗ ਪਿਆ ਪ੍ਰਭੂ ਦੇ ਰਸ ਨੂੰ ਮਾਨਣ ਲੱਗ ਪਿਆ ਉਹ ਰਸ ਸੁਗੰਧਤਾ ਦਾ ਲੈਣ ਲੱਗ ਪਿਆ ਹਾਸਤ ਪੂਜਾ ਪਰ ਮਾ ਪਰ ਨਾਮ ਸਫਲ ਸੁ ਗਿਆਨ ਹੈ ਹੱਥ ਜਿਹੜੇ ਪ੍ਰਭੂ ਦੇ ਚਰਣਾ ਤੇ ਜੁੜੇ ਔਰ ਆ ਕੇ ਪ੍ਰਭੂ ਦੇ ਚਰਣਾ ਤੇ ਲੱਗੇ ਨਮਸਕਾਰ ਕੀਤੀ ਉਹਨਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਬਤ ਭਾਈ ਸਾਹਿਬ ਕਹਿੰਦਿਆ ਜਦੋਂ ਔਰ ਆ ਕੇ ਪੂਜਨ ਕੀਤਾ ਫਿਰ ਸਫਲ ਸੋ ਸਰੇਸ਼ਟ ਉਹ ਗਿਆਨ ਹੈ ਅੰਦਰ ਪ੍ਰਗਟ ਹੋਇਆ ਪ੍ਰਭੂ ਦੇ ਚਰਨਾਂ ਨਾਲ ਜੁੜਿਆ ਤੇ ਆਪਣੇ ਇੰਦਰੀਆ ਨੂੰ ਸਫਲ ਕੀਤਾ ਨੇ ਉਹਨਾਂ ਦਾ ਸਹੀ ਇਸਤੇਮਾਲ ਕੀਤਾ ਨੇ ਉਹਦੇ ਨਾਲ ਜੁੜ ਗਿਆ ਤੇ ਭਾਈ ਸਭ ਕਹਿੰਦੇ ਅੰਗ ਅੰਗ ਬਿਸਮ ਸਰਬੰਗਮ ਸਮਾਏ ਭੈ ਉਹ ਗੁਰ ਸਿੱਖ ਦਿਨਾਂ ਨੂੰ ਨਾਮ ਦਾ ਰਸ ਪ੍ਰਭੂ ਦਾ ਦਿਦਾਰ ਹੋਇਆ ਕਹਿੰਦੇ ਉਹ ਆਪਣੇ ਅਰ ਸਰੀਰ ਦੇ ਅੰਦਰ ਆ ਅੰਗਾ ਚ ਸਮਾਉਂਦੇ ਨਹੀਂ ਇਨੀ ਕੋ ਖੁਸ਼ੀ ਅੰਗਾ ਸਮਾਉਂਦੇ ਨਹੀਂ ਬਿਸਮ ਸਰਬੰਗਮ ਸਮਾਏ ਭੈ ਉਹ ਬਿਸਮ ਆ ਚਿੰਤਤ ਹੋ ਜਾਂਦੇ ਆ ਅਚੰਬਤ ਹੋ ਜਾਂਦੇ ਨੇ ਹੈਰਾਨਦਇ ਹੋ ਜਾਂਦੇ ਕਿ ਜਿਹੜੀਆਂ ਮੇਰੇ ਜੀਵਨ ਚ ਘਟਨਾ ਘਟਈ ਜਾਂਦੀਆਂ ਇਦਾਂ ਕਦੇ ਮੈਂ ਚਿਤਵੀਆਂ ਹੀ ਨਹੀਂ ਕਦੇ ਵੇਖੀਆਂ ਹੀ ਨਹੀਂ ਤੇ ਪਰ ਹੋਈ ਧਾਰਿਆ ਆਪੇ ਹੋਈ ਧਾਰਿਆ ਕਹਿੰਦੇ ਉਹ ਅਚੰਬਤ ਹੋ ਜਾਂਦੇ ਆ ਸਰਬੰਗ ਸਾਰੇ ਅੰਗਾਂ ਦੇ ਵਿੱਚ ਸਾਰੇ ਸਰੀਰ ਦੇ ਵਿੱਚ ਉਹ ਆਨੰਦ ਉਹ ਰਸ ਉਤਨ ਕੰਮ ਕਰਦੀਏ ਤੇ ਉਹ ਤੁਨ ਦੇ ਦੁਆਰਾ ਉਸ ਰਸ ਦੇ ਦਰਾ ਦੁਆਰਾ ਸਮਾਏ ਭਏ ਉਹਦੇ ਵਿੱਚ ਸਮਿਲਤ ਹੋ ਗਏ ਸਮਾਗ ਰਸ ਦੇ ਵਿੱਚ ਮਿਲ ਗਏ ਪ੍ਰਭੂ ਦੇ ਵਿੱਚ ਮਿਲ ਗਏ ਇੱਕ ਮੇਕਤਾ ਹਸ ਕਰਨ ਆਸਲ ਕਰ ਲਈ ਮਨ ਮਨ ਸਾਥਕਤ ਬ੍ਰਹਮ ਧਿਆਨ ਹੈ ਕਹਿੰਦੇ ਮਨ ਡੇੜਾ ਇਹਦੇ ਅੰਦਰ ਜਿਹੜੀਆਂ ਮਨਸ਼ਾਵਾਂ ਨੇ ਮਨ ਦੀਆਂ ਕਲਪਨਾਵਾਂ ਨੇ ਖਿਆਲات ਨੇ ਪਾਈ ਗੁਰਦਾਸ ਸਾਹਿਬ ਕਹਿੰਦੇ ਜਿਹੜੇ ਪਹਿਲਾਂ ਖਿਆਲ ਬਣਾਉਂਦਾ ਸੀ ਨਾ ਕਿ ਰੱਬ ਇਹੋ ਜਿਹਾ ਹੋਵੇਗਾ ਰੱਬ ਇਸ ਤਰ੍ਹਾਂ ਦਾ ਚੋਲਾ ਪਹਿਨਦਾ ਹੋਵੇਗਾ ਇਹੋ ਜੀ ਪਗੜੀ ਸਜਾਂਦਾ ਹੋਵੇਗਾ ਰੱਬ ਐਜਿਹਿਆ ਹੋਵੇਗਾ ਕਹਿੰਦੇ ਸਾਰੀਆਂ ਥੱਕ ਗਈਆਂ ਮੁੱਕ ਗਈਆਂ ਮਤਲਬ ਕਿ ਜਿਹੋ ਜਿਹਾ ਕਲਪਤ ਕਰਦਾ ਸੀ ਨਾ ਰੱਬ ਉਹੋ ਜਿਹਾ ਹੈ ਹੀ ਨਹੀਂ ਰੱਬ ਹੋਰ ਰੂਪ ਵਿੱਚ ਮਿਲਿਆ ਜਿਹੋ ਜਿਹਾ ਰੰਗ ਰੂਪ ਉਲੀਕਦਾ ਸੀ ਉਦੋਂ ਵੀ ਕਿਦੇ ਆਗੇਰੇ ਸ਼ਬੀ ਵਾਲਾ ਮਿਲਿਆ ਤੇ ਹਰਾਨ ਹੋ ਗਿਆ ਥੱਕ ਗਏ ਬੁੱਧੀ ਹੰਬ ਗਈ ਕਹਿੰਦੇ ਜਦੋਂ ਇਹ ਸਭ ਕੁਝ ਆਪਣਾ ਅਰ ਜਿਹੜਾ ਸੀ ਚੱਲਣਾ ਮੁੱਕ ਜਾਵੇ ਜਦੋਂ ਆਪਣਾ ਸੋਚਣਾ ਸੋਚ ਮੁੱਕ ਜਾਵੇ ਆਪਣੀ ਧਿਆਨ ਮੁਸ਼ਕਤ ਮੁੱਕ ਜਾਵੇ ਉਦੋਂ ਰੱਬ ਵਾਲਾ ਪਾਸਾ ਸ਼ੁਰੂ ਹੁੰਦਾ ਹੈ ਜਦੋਂ ਕਹਿੰਦਾ ਨਾ ਹੁਣ ਨਹੀਂ ਮੇਰ ਤੋਂ ਚੱਲਿਆ ਜਾਂਦਾ ਉਹ ਇਹਦੂ ਅੱਗੇ ਨਹੀਂ ਸੋਚਿਆ ਜਾਂਦਾ ਇਹਦੂ ਅੱਗੇ ਨਹੀਂ ਸਮਝਿਆ ਜਾਂਦਾ ਰੱਬ ਦੀ ਰੱਬ ਜਾਣੇ ਉਦੋਂ ਫਿਰ ਰੱਬ ਜਾਣਦਾ ਹੈ ਉਦੋਂ ਰੱਬ ਮਿਲਦਾ ਹੈ ਜਿੰਨਾ ਚਿਰ ਮਨੁੱਖ ਕਹਿੰਦਾ ਹੈ ਨਾ ਕਿ ਮੈਂ ਜਾਣਦਾ ਮੇਰੇ ਵਰਗਾ ਕੋਈ ਨਹੀਂ ਉਹਨਾਂ ਚਿਰ ਰੱਬ ਕਹਿੰਦੇ ਕੋਈ ਗੱਲ ਨਹੀਂ ਭਾਈ ਤੇਰੇ ਵਰਗਾ ਕੋਈ ਨਹੀਂ ਤੂੰ ਆਪਣਾ ਹੀਲਾ ਕਰ ਲੈ ਇੱਕ ਵਾਰ ਦੁਆਪਰ ਯੁਗ ਦੇ અવਤਾਰ શ્રીਕ੍ਰਿਸ਼ਨ ਜੀ ਦੇ ਜੀਵਨ ਦੇ ਵਿੱਚ ਵੇਚਾਰ ਆਉਂਦੇ ਬਈ ਭੋਜਨ ਕਰਨ ਲੱਗੇ ਭੋਜਨ ਤੇ ਜਦੋਂ ਭੋਜਨ ਕਰਨ ਲੱਗੇ ਤੇ ਇੱਕ ਨਿਵਾਲਾ ਤੋੜਿਓ ਨੇ ਤੇ ਉੱਠ ਕੇ ਭੱਜ ਗਏ ਭੱਜ ਕੇ ਬਾਹਰ ਨੂੰ ਚੱਲੇ ਗਏ ਧਰਮ ਸੁਪਤਨੀ ਭੋਜਨ ਸ਼ਿਕਾਰ ਆਈ ਸੀ ਉਹਨਾਂ ਨੇ ਕਿਹਾ ਐਸਾ ਪਹਿਲਾਂ ਕਦੇ ਹੋਇਆ ਨਹੀਂ ਵੀ ਭੋਜਨ ਛੱਕ ਦੇ ਭੱਜ ਜਾਣ ਦੋ ਕੁ ਮਿੰਟਾਂ ਬਾਅਦ ਮੁੜ ਆਏ ਜਦੋਂ ਵਾਪਸ ਆ ਗਏ ਧਰਮ ਸੁ ਪਤਨੀ ਨੇ ਪੁੱਛ ਲਿਆ ਕਿ ਮਹਾਰਾਜ ਕਿਧਰ ਨੂੰ ਚਲੇ ਗਏ ਤੁਸੀਂ ਭੋਜਨ ਦਾ ਨਰਾਦਰ ਨਹੀਂ ਕਰ ਸਕਦੇ ਐ ਉਹ ਛੱਡ ਨਹੀਂ ਸਕਦੇ ਕਹ ਲਗੇ हे ਪਤਨੀ ਮੇਰਾ ਇੱਕ ਪਿਆਰਾ ਸਾਧੂ ਸੀਗਾ ਤੇ ਉਹਨੋਂ ਜਿਹੜੇ ਨਾ ਮਨ ਚਲੇ ਲੋਗ ਘੇਰੀ ਬੈਠੇ ਸਨ ਦਾਲਿਓਂ ਦਾਲਿਓਂ ਮਾਰਨ ਵਾਸਤੇ ਤੇ ਮੈਂ ਦੇਖਿਆ ਬਈ ਇਹ ਕੋਈ ਠਾ ਚੱਕੀ ਬੈਠਾ ਕੋਈ ਕੁਝ ਕੋਈ ਸ਼ਵੀ ਕੋਈ ਕੋਜਾ ਇਹਨੂੰ ਮਾਰਨਾ ਦੇਣ ਜਦੋਂ ਅੱਗੇ ਨੂੰ ਵਧੇ ਤੇ ਮੈਂ ਆਪਣੇ ਪਿਆਰੇ ਦੀ ਫਕੀਰ ਦੀ ਸਹਾਇਤਾ ਕਰਨ ਵਾਸਤੇ ਦੌੜ ਪਿਆ ਧਰਮਸੋ ਪਤਨੀ ਕਹਿ ਲੱਗੀ ਫਿਰ ਤੁਸੀਂ ਹੁਣ ਬਚਾ ਆਏ ਹੋ 2 ਮਿੰਟਾਂ ਚ ਉਹਨੂੰ ਉਸ ਭੀੜ ਦੇ ਕੱਠ ਦੇ ਵਿੱਚੋਂ ਕੱਢ ਆਏ ਹੋ ਕਹਿਣ ਲੱਗੇ ਗਿਆ ਤਾਂ ਸੀ ਮੈਂ ਉਹਦੀ ਮਦਦ ਕਰਨ ਵਾਸਤੇ ਕਿ ਮਨ ਚੱਲਿਆ ਤਾਂ ਇਹਨਾਂ ਤੋਂ ਬਚਾਵਾਂ ਨੂੰ ਕਹਿੰਦੇ ਜਿੰਨੇ ਨੂੰ ਮਨ ਨੇੜੇ ਦਾਣਾ ਸੀ ਨਾ ਉਹਨੇ ਨੂੰ ਕਹਿੰਦੇ ਉਹ ਭੱਜਾ ਆਉਂਦਾ ਸੀ ਅੱਗੇ ਤੇ ਉਹਨੇ ਅੱਗੋਂ ਵੱਡਾ ਸਾਰਾ ਪੱਥਰ ਚੁੱਕ ਲਿਆ ਕਹਿੰਦਾ ਗਾ ਮਾਰਾਂਗਾ ਮੱਥੇ ਤੇ ਤੁਹਾਡੇ ਫਾੜ ਪਾ ਦਿਆਂਗਾ ਕਹਿੰਦੇ ਹੁਣ ਉਹ ਆਪੇ ਹੀ ਸੰਭਾਲ ਲਏਗਾ ਪਰਮਾਤਮਾ ਉਦੋਂ ਮੇਰੇ ਕਹਿਣ ਤੋਂ ਮਰਾ ਦੇ ਸਹਤਾ ਕਰਦਾ ਹੈ ਜਦੋਂ ਆਖੀਏ ਮੇਰੇ ਕੋਲ ਕੁਝ ਨਹੀਂ ਜਿੱਥੇ ਬੰਦੇ ਦੀ ਸੋਚ ਖਤਮ ਹੈ ਜਿੱਥੇ ਤਾਕਤ ਖਤਮ ਹੈ ਜਿੱਥੇ ਸਮਝ ਖਤਮ ਹੈ ਜਿੱਥੇ ਨਦਰ ਖਤਮ ਹੈ ਜਿੱਥੇ ਆਪਣਤ ਖਤਮ ਹੈ ਉਦੋਂ ਰੱਬ ਪ੍ਰਗਟ ਹੋ ਜਾਂਦਾ ਹੈ ਰੱਬ ਪਰਮਾਤਮਾ ਕਹਿੰਦੇ ਉਦੋਂ ਬ੍ਰਹਮ ਆਤਿ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਉਦੋਂ ਬ੍ਰਹਮ ਰਹਿ ਜਾਂਦਾ ਹੈ ਤੇ ਧਿਆਨ ਕੇਵਲ ਬ੍ਰਹਮ ਦਾ ਰਹਿ ਜਾਂਦਾ ਹੈ ਦੂਜੇ ਦਾ ਨਹੀਂ ਦੂਜਾ ਧਿਆਨ ਸਾਰਾ ਖਤਮ ਹੋ ਜਾਂਦਾ ਹੈ ਭਾਈ ਸਾਹਿਬ ਅਗਲੇ ਕਬਿਤ ਦੁਆਰਾ ਕਿਰਪਾ ਕਰਦੇ ਨੇ ਗੁਰਮਖ ਸੁਖ ਫਲ ਅਤ ਅਸਚਰਜ ਮੈਂ ਹੀਰਤ ਹਰਾਨੇ ਆਣ ਧਿਆਨ ਬੇਸੁਰਾ ਨੇ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰਮਖ ਨੂੰ ਸੁਖ ਫਲ ਪ੍ਰਾਪਤ ਹੁੰਦਾ ਹੈ ਗੁਰਮਖ ਸੁਖ ਫਲ ਜਿਹੜਾ ਅਤਿ ਸ਼ੇ ਕਰਕੇ ਆਤਿ ਅੰਤ ਏਡਾ ਵੱਡਾ ਸੁਖਾਂ ਦਾ ਫਲ ਪ੍ਰਾਪਤ ਹੁੰਦਾ ਗੁਰਮਖ ਨੂੰ ਹੋਵੇ ਗੁਰਮਖ ਮੇਰੇ ਤਰ੍ਹਾਂ ਟਪਲਾ ਬਾਦ ਨਾ ਹੋਵੇ ਉਹਨੂੰ ਇੰਨਾ ਵੱਡਾ ਸੁਖ ਹੁੰਦਾ ਹੈ ਕਿ ਦੇਖਣ ਵਾਲੇ ਦੀ ਬੁੱਧੀ ਵੀ ਚੱਕਰਤ ਹੋ ਜਾਂਦੀ ਹੈ ਹਰਾਨਤ ਹੋ ਜਾਂਦੀ ਹੈ ਤੇ ਜਿਹੜਾ ਗੁਰਮਖ ਰਸ ਨੂੰ ਮਾਨ ਰਿਹਾ ਉਹ ਵੀ ਕਹਿੰਦਾ ਮੈਂ ਤਾਂ ਇਹੋ ਜਿਹਾ ਕਦੇ ਸੋਚਿਆ ਨਹੀਂ ਸੀ ਉਹਨੂੰ ਮਹਾਰਾਜ ਕਹਿੰਦਿਆ ਗੁਰਮਖ ਆਪਣਾ ਮਨ ਮਾਰਿਆ ਸਬਦ ਕਸਵੱਟੀ ਲਾਏ ਉਨ ਤਾਂ ਰੱਬ ਰਹਿ ਗਿਆ ਤੇ ਰੱਬ ਦੇ ਕੋਤਕ ਅਚਰਜ ਨੇ ਗੁਰਮਖ ਨੇ ਮਨ ਜਿੱਥੋਂ ਫੁਰਨੇ ਕਲਪਨਾਵਾਂ ਉਪਜਣੀਆਂ ਸੰਨਾ ਉਹਨੂੰ ਅਭਾਵ ਕਰ ਦਿੱਤਾ ਹੈ ਉਹਨੂੰ ਸ਼ਾਂਤ ਕਰ ਦਿੱਤਾ ਹੈ ਉਹਦੇ ਫੁਰਨਿਆਂ ਨੂੰ ਉਸ ਮਨ ਨੂੰ ਮਾਰ ਦਿੱਤਾ ਹੈ ਕਹਿੰਦੇ ਉਹਨੇ ਸ਼ਬਦ ਦੀ ਕਸਵੱਟੀ ਲਾ ਲਾ ਕੇ ਬ੍ਰਹਮ ਦੀ ਕਸਵੱਟੀ ਲਾ ਲਾ ਕੇ ਫੇਰ ਉਹਨੇ ਜੀਵਨ ਜੋਇਆ ਮਨ ਹੀ ਨਾਲ ਝਗੜਾ ਉਹ ਬਾਹਰ ਨਹੀਂ ਲੜਦਾ ਉਹ ਮਨ ਨਾਲ ਲੜਦਾ ਹੈ ਬਈ ਤੇਰੇ ਅੰਦਰ ਅਜੇ ਵੈਰ ਭਾਵਨਾ ਹੈਗੀ ਤਾਂ ਤੈਨੂੰ ਬਾਹਰ ਵੈਰੀ ਦਿਸਦੇ ਆ ਤੇਰੇ ਅੰਦਰ ਈਰਖਾ ਹੈ ਤਾਂ ਬਾਹਰ ਈਰਖਾ ਲੋ ਦਿਸਦੇ ਆ ਤੇਰੇ ਅੰਦਰ ਦੁਐਤ ਹੈ ਤਾਂ ਤੈਨੂੰ ਦੂਜਾ ਅਜੇ ਦਿਸਦਾ ਉਹ ਮਨ ਦੇ ਵਿੱਚੋਂ ਖਤਮ ਕਰ ਦਿੰਦਾ ਹੈ ਤੇ ਜਦੋਂ ਮਨ ਵਿੱਚੋਂ ਇਹ ਭਾਵਨਾਵਾਂ ਖਤਮ ਕਲਪਨਾਵਾਂ ਹੋ ਜਾਂਦੀਆਂ ਨਾ ਫਿਰ ਅੰਦਰੋਂ ਇੱਕ ਆਵਾਜ਼ ਆਉਂਦੀ ਨਾ ਕੋ ਬੈਰੀ ਨਹੀਂ ਬੇਗਾਨਾ ਸਗਲਾ ਸੰਗ ਹਮਕੂ ਬਨ ਆਈ ਉਹ ਝਗੜਾ ਕਰਦਾ ਹੈ ਮਨ ਨਾਲ ਮਨ ਨੂੰ ਹਰਾਉਂਦਾ ਹੈ ਤੇ ਸਾਡਾ ਗੜੀ ਪੈਣਾ ਝਗੜਾ ਆ ਬਾਹਰ ਸਾਰਾ ਕੁਝ ਤਾਂ ਹੀ ਅੰਦਰ ਨੂੰ ਸਕੂਨ ਨਹੀਂ ਅਸੀਂ ਬਾਹਰ ਹੀ ਉਲਝੇ ਹੋਏ ਆ ਔਰ ਕਹਿੰਦੇ ਮਨ ਹੀ ਨਾਲ ਝਗੜਾ ਅਰਤੇ ਇਹ ਵੀ ਬਾਣੀ ਅੰਦਰ ਬਚਨਾ ਹੈ ਮਨ ਹੀ ਨਾਲ ਸੱਥ ਮਨ ਦੇ ਨਾਲ ਸਲਾਹ مشورہ ਵੀ ਕਦੋਂ ਜਦੋਂ ਮਨ ਨਾਲ مشورہ ਸੀ ਕਿਦੇ ਨਾ ਕਰਦੇ ਜਿਹੜਾ ਸਾਡਾ ਆਪਣਾ ਹੋਵੇ ਜਿਹਦੇ ਨਾਲ ਸਹਿਮਤੀ ਹੋਵੇ ਜਿਹਦੇ ਨਾਲ ਪ੍ਰੇਮ ਹੋਵੇ ਜਿਹਦੀ ਗੱਲ ਅਸੀਂ ਮੰਨੀਏ ਤੇ ਜਿਹੜਾ ਸਾਡੀ ਮੰਨੇ ਅਸਲ ਚ ਤਾਂ ਅਸੀਂ ਉਹਦੀ ਮੰਨਦੇ ਆ ਜਿਹੜਾ ਸਾਡੀ ਮੰਨੇ ਉਹਦੇ ਨਾਲ ਸਾਡਾ ਪ੍ਰੇਮ ਹੁੰਦਾ ਤੇ ਜਿਹੜਾ ਸਾਡੀ ਗੱਲ ਨਹੀਂ ਮੰਨਦਾ ਅਸੀਂ ਉਹਦੀ ਵੀ ਸੁਣਦੇ ਨਹੀਂ ਉਹਦੇ ਤੋਂ ਸੁਭਾਅ ਚੜ-ਚੜਾ ਜਾਂਦਾ ਭਾਈ ਗੁਰਦਾਸ ਸਾਹਿਬ ਨੇ ਜੋ ਬਤਨ ਕਹਿ ਬਾਣੀ ਅੰਦਰ ਕਹਿੰਦੇ ਭਈ ਔਰ ਸੱਤ ਉਹਦੇ ਨਾਲ ਸਲਾਹ ਕੀਤੀ ਜਾਂਦੀ ਆ ਮਨ ਨਾਲ ਜਦੋਂ ਮਨ ਮਾਲਕ ਦੀ ਅਨਕੂਲ ਹੋ ਜਾਂਦਾ ਮਨ ਮਾਨੀਆਂ ਕਰਨੋਂ ਛੱਡ ਦਿੰਦਾ ਮਨ ਇੱਕ ਸੇਵਕ ਬਣ ਜਾਂਦਾ ਤੇ ਮਾਲਕ ਦੂਜੇ ਨੂੰ ਸਮਝਦਾ ਬੇ ਕੋਈ ਮਾਲਕ ਹੈ ਪ੍ਰੋਬਲਮ ਹੀ ਇਹ ਹੈ ਸੰਸਾਰ ਵਿੱਚ ਅਸੀਂ ਜਿੰਨੇ ਆ ਨਾ ਸੰਸਾਰ ਦੇ ਜੀਵ ਮਨੁੱਖ ਸਾਰੇ ਮਾਲਕ ਬਣਦੇ ਤੁੱਲੇ ਹੋਏ ਆ ਸੇਵਕ ਕੋਈ ਨਹੀਂ ਬਨਣ ਨੂੰ ਤਿਆਰ ਕੋਈ ਵਿਰਲਾ ਹੈ ਜਿਹੜਾ ਸੇਵਕ ਬਣ ਜਾਂਦਾ ਉਹਨੂੰ ਮਾਲਕ ਮਿਲ ਜਾਂਦਾ ਇਹ ਤੇ ਰੌਲਾ ਹੀ ਸਾਰੀ ਮਾਲਕੀਅਤ ਦਾ ਹੈ ਕਿ ਮੈਂ ਮਾਲਕ ਹਾਂ ਕਹਿੰਦੇ ਭਾਈ ਜਦੋਂ ਮਨ ਨੇ ਮਾਲਕੀਅਤ ਛੱਡੀ ਸੇਵਕਾਨਤਾ ਜਿਹੜੀ ਸੀ ਧਾਰਨ ਕੀਤੀ ਕਿ ਮੈਂ ਸੇਵਕ ਹਾਂ ਤੇ ਫਿਰ ਮਹਾਰਾਜ ਨੇ ਕਿਹਾ ਕਰ ਸੇਵਾ ਸੇਵਕ ਪ੍ਰਭ ਆਪਣੇ ਜਨ ਮਨ ਕੀ ਇੱਛਾ ਪੁਜਾਈ ਇੱਛਾ ਉਹਦੀ ਪੂਰੀ ਹੁੰਦੀ ਹੈ ਜਿਹੜਾ ਸੇਵਕ ਬਣ ਕੇ ਸੇਵਾ ਕਰਦਾ ਹੈ ਮਾਲਕ ਨਹੀਂ ਕਹਿਣ ਲੱਗੇ ਉਸ ਮਨ ਦੇ ਨਾਲ ਜਿਹੜਾ ਸੇਵਕ ਬਣ ਗਿਆ ਤੇ ਸੈਭ ਦਾ ਹੁਕਮ ਕਬੂਲਣ ਵਾਸਤੇ ਤਿਆਰ ਏ ਉਹਦੇ ਨਾਲ ਸਲਾਮ مشورہ ਹੁੰਦਾ ਹੈ ਉਹਦੇ ਨਾਲ ਤੇ ਜਿਹੜਾ ਮਨ ਮਾਨੀ ਮਾਨ ਕਰਦਾ ਹੈ ਨਾ ਮੈਂ ਆਖ ਕਰ ਦੂੰ ਮੈਂ ਵੋਹ ਕਰ ਦੂੰਗਾ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਕਹਿੰਦੇ ਮਨ ਹੀ ਨਾਲ ਝਗੜਾ ਉਸ ਮਨ ਦੇ ਨਾਲ ਝਗੜਾ ਹੈ ਉਹਦੀ ਉਸ ਆਦਤ ਦੇ ਨਾਲ ਲੜਾਈ ਆ ਝਗੜਨਾ ਪੈਂਦਾ ਹੈ ਕਹਿੰਦੇ ਮਨ ਹੀ ਨਾਲ ਸਾਥ ਮਨ ਦੇ ਨਾਲ ਸਾਧ ਉਸ ਨਾਲ ਜਿਹੜਾ ਮਨ ਸੇਵਕ ਬਣ ਗਿਆ ਹੈ ਮਨ ਮਾਲਕ ਨੂੰ ਮੰਨ ਗਿਆ ਹੈ ਮਨ ਹੀ ਮੰਜ ਸਮਾਏ ਮਨ ਦੇ ਵਿੱਚ ਹੀ ਮਨ ਅੰਦਰੇ ਹੀ ਮਾਲਕ ਵਿੱਚ ਸਮਾ ਜਾਂਦਾ ਹੈ ਕਹਿੰਦੇ ਐਸੇ ਗੁਰਮਖ ਨੇ ਉਹਨਾਂ ਕੋਲ ਐਸਾ ਸੁਖ ਫਾਲੇ ਜਗ ਮੈਂ ਆਇਆ ਸੋ ਪਰਵਾਨ ਇਹੋ ਜਿਹਾ ਗੁਰਮਖ ਜਗਤ ਵਿੱਚ ਆਇਆ ਪਰਵਾਨ ਹੈ ਨਹੀਂ ਤੇ ਬਹੁਤ ਆਦ ਅੰਦਰ ਅਨਪਰਵਾਣੀ ਤੁਰੇ ਫਿਰਦੇ ਆ ਕਹਿੰਦੇ ਗੁਰਮਖ ਆਪਣਾ ਖਸਮ ਪਛਾਨ ਪਰਵਾਨ ਤਾਂ ਐ ਜਿਹੜੇ ਗੁਰਮਖ ਨੇ ਆ ਕੇ ਆਪਣੇ ਖਸਮ ਮਾਲਕ ਨੂੰ ਪਹਿਚਾਨ ਲਿਆ ਕਿ ਮੇਰਾ ਮਾਲਕ ਇਹ ਆ ਅਜੇ ਤਾਂ ਅਸੀਂ ਥਾਂ ਥਾਂ ਤੇ ਮਾਲਕ ਬਣਾਏ ਹੋਏ ਨੇ ਅਰਥ ਪਹਿਚਾਨੀ ਨਹੀਂ ਆਈ ਵੀ ਸਾਡੇ ਵਾਲਾ ਕਿਹੜਾ ਹੈ ਸਾਡਾ ਕਿਹੜਾ ਹੈ ਅਦੇ ਸਮਝ ਨਹੀਂ ਆਈ ਰੌਲੇ ਗੌਲੇ ਵਿੱਚ ਤਾਂ ਜਿਹੜਾ ਮਨ ਟਿਕਦਾ ਨਹੀਂ ਕਹਿੰਦੇ ਐਸਾ ਨਹੀਂ ਗੁਰੂ ਨਾਲ ਜੁੜ ਗੁਰਮਖ ਨਾਮ ਦਾਨ ਇਸਨਾਨ ਗੁਰਮਖ ਨਾਮ ਜਪਦਾ ਤੇ ਜਪੇ ਹੋਏ ਨਾਮ ਵਿੱਚ ਉਹ ਦਾਨ ਕਰਦਾ ਹੈ ਕੀਤੀ ਹੋਈ ਕੀਰਤ ਦੇ ਵਿੱਚ ਉਹ ਗਰੀਬ ਗੁਰਬੇ ਨੂੰ ਦਾਨ ਕਰਦਾ ਹੈ ਔਰ ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਸਨ ਕਿ ਧੂੜੀ ਕਰਿ ਇਸ਼ਨਾਨ ਹਰ ਕਾ ਨਾਮ ਧਿਆਏ ਸੋਣਾ ਸਭਨਾ ਨੂੰ ਕਰ ਦਾਨ ਉਹ ਦਾਨ ਕਰਦਾ ਜਪਤ ਜਪ ਕੇ ਉਹਦੇ ਤੇ ਕਾਬੂ ਨਹੀਂ ਹੁੰਦਾ ਗੁਰਮਤਿ ਪੜ ਕੇ ਕਾਬੂ ਨਹੀਂ ਹੁੰਦਾ ਦੂਜੇ ਨੂੰ ਸਮਝਾਉਂਦਾ ਔਰ ਉਹਨੂੰ ਦੱਸਦਾ ਕਹਿੰਦੇ ਉਹ ਦਾਨ ਤੇ ਇਸ਼ਨਾਨ ਤੇ ਅਸੀਂ ਕਾਹਾਂਗੇ ਭਈ ਗੁਰਮਖਾਂ ਬਾਹਰੋਂ ਇਸ਼ਨਾਨ ਕਰਦੇ ਤੇ ਮੱਛੀਆਂ ਤਾਂ ਫਿਰ ਰੋਜ਼ ਹੀ ਨਹਾਉਂਦੀਆਂ ਇਹਦਾ ਮਤਲਬ ਇਹ ਵੀ ਨਾ ਲੈ ਲਿਆ ਦੇਖ ਕੇ ਅਸੀਂ ਨਹਾਉਣਾ ਨਹੀਂ ਨਹਾਉਣਾ ਉਹ ਤਾਂ ਸਾਨੂੰ ਚੇਤਾ ਆ ਗਰਮੀ ਦੀ ਰੁੱਤ ਚੱਲ ਪਈ ਕਈ ਵੇਰ ਤਾਂ ਦੋ-ਦੋ ਤਿੰਨ-ਤਿੰਨ ਹੀ ਵੀ ਨਾ ਲਈਦਾ ਤੇ ਮਹਾਰਾਜ ਜੀ ਨੇ ਵੀ ਬਚਨ ਕਹੇ ਨੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਪਾਵੇ ਜਿੱਥੇ ਬਾਹਰ ਦੀ ਮਿੱਟੀ ਘਟਾ ਲਾ ਕੇ ਤਨ ਨੂੰ ਸ਼ੁੱਧ ਕਰ ਦੇਣਾ ਉਥੇ ਮਨ ਨੂੰ ਪਵਿੱਤਰ ਕਰਕੇ ਸਿਮਰ ਜਪ ਇਹ ਇਸ਼ਨਾਨ ਮਨ ਦਾ ਹੈ ਮਨ ਵੀ ਤੇਰਾ ਨਹਾਵੇ ਜਿੱਥੇ ਤਨ ਨਹਾਉਂਦਾ ਹੈ ਤਨ ਪਾਣੀ ਨਾਲ ਨਹਾਉਂਦਾ ਹੈ ਤੇ ਮਨ ਦਾ ਇਸ਼ਨਾਨ ਬਾਣੀ ਨਾਲ ਹੋਣਾ ਹੈ ਸਿਮਰਨ ਨਾਲ ਹੋਣਾ ਹੈ ਕਹ ਲੱਗੇ ਉਹਨੂੰ ਜਪ ਫਿਰ ਗੁਰਮਖ ਜਦੋਂ ਤਿੰਨ ਗੁਣ ਆਗੇ ਉਹ ਗੁਰਮਖ ਕੀ ਕਰਦਾ ਲੱਗੇ ਸਹਿਜ ਧਿਆਨ ਉਹਦਾ ਸੁਤੇ ਸਿੱਧ ਹੀ ਧਿਆਨ ਪ੍ਰਕਾਸ਼ ਧੋਕੇ ਗਿਆਨਾਂ ਤੁਰੋਕੇ ਪ੍ਰਭੂ ਦੇ ਵਿੱਚ ਜੁੜ ਜਾਂਦਾ ਉਸ ਗੁਰਮਖ ਦਾ ਉਹ ਗੁਰਮਖ ਜਦੋਂ ਧਿਆਨ ਜੋੜਦਾ ਤੇ ਫਿਰ ਸਤਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਫਿਰ ਕੀ ਹੁੰਦਾ ਆ ਗੁਰਮਖ ਪਾਵੈ ਦਰਗਹਿ ਮਾਨ ਉਹ ਗੁਰਮਖ ਦਰਗਾਹ ਦੇ ਵਿੱਚ ਉਹਦਾ ਅਦਬ ਸਤਕਾਰ ਹੁੰਦਾ ਹੈ ਫਿਰ ਔਰ ਉਸ ਦਰਗਾਹ ਦੇ ਵਿੱਚ ਰੇ ਰੇ ਦਰਗਾਹ ਕਹਿ ਨਾ ਕੋ ਫਿਰ ਕੋਈ ਨਹੀਂ ਕਹਿੰਦਾ ਕਿੱਧਰ ਚੱਲਿਆ ਦੱਸ ਉਹ ਮਾਲਕ ਬਣ ਜਾਂਦਾ ਹੈ ਗੁਰਮਖ ਭਉ ਭੰਜਨ ਪ੍ਰਧਾਨ ਗੁਰਮਖ ਜਿਹੜਾ ਹੈ ਨਾ ਉਹ ਭੈ ਡਰ ਉਹਨੂੰ ਨਾਸ਼ ਕਰ ਲੈਂਦਾ ਹਰ ਪ੍ਰਕਾਰ ਦਾ ਉਹਦੇ ਅੰਦਰ ਕਿਉਂਕਿ ਭੈ ਭੰਜਨ ਅਗਹ ਦੁਖ ਨਾਸ਼ ਮਨ ਅਰਾਧ ਹਰੇ ਉਹ ਰੱਬ ਨੂੰ ਅਰਾਧਾ ਤੇ ਭਉ ਡਰ ਦਾ ਭੰਜਨ ਨਾਸ਼ ਕਰਨ ਵਾਲਾ ਸਬਨਾ ਦਾ ਮੋਰੀਏ ਗੁਰਮਖ ਕਰਨੀ ਕਾਰ ਕਰਾਏ ਗੁਰਮਖ ਦੀ ਕਰਨੀ ਐਸੀ ਬਣ ਜਾਂਦੀ ਏ ਉਹ ਐਸੀ ਕਾਰ ਆਪ ਵੀ ਕਰਦਾ ਜਪਣ ਵਾਲੀ ਜੁੜਨ ਵਾਲੀ ਦੂਜਿਆਂ ਤੋਂ ਕਰਾਉਂਦਾ ਗੁਰਮਖ ਵੈਰ ਵਿਰੋਧ ਗਵਾਵੇ ਅੱਗੇ ਜਾ ਕੇ ਮਹਾਰਾਜ ਕਹਿੰਦੇ ਗੁਰਮਖ ਜਿਹੜਾ ਨਾ ਨਾ ਤਾਂ ਉਹਦੇ ਅੰਦਰ ਵੈਰ ਏ ਵੈਰ ਉਦੋਂ ਉਪਜਦਾ ਜਦੋਂ ਸਾਨੂੰ ਬਾਹਰ ਵੈਰੀ ਦਿਸੇ ਵੈਰੀ ਨਾਲ ਵੈਰ ਤਾਂ ਕਰਾਂਗੇ ਜਦੋਂ ਅੰਦਰ ਵੈਰ ਭਾਵਨਾ ਹੋਈ ਗੱਲ ਕਰਦੇ ਆਂ ਨਰਵੈਰ ਦੀ ਤੇ ਜੁੜਨਾ ਹੈ ਨਰਵੈਰ ਨਾਲ ਤੇ ਮੇਰੀ ਤਰ੍ਹਾਂ ਜਿਹਦੇ ਅਹਿਰਦੇ ਦੇ ਅੰਦਰ ਵੈਰ ਹੈ ਨਾ ਦੁਹਾਈ ਰੱਬ ਦੀ ਉਹ ਨਰਵੈਰ ਨਾਲ ਨਹੀਂ ਜੇ ਜੁੜ ਸਕਦਾ ਮਹਾਰਾਜ ਕਹਿੰਦੇ ਉਹ ਵੈਰ ਤੇ ਵਿਰੋਧ ਮਾੜੀ ਗੱਲ ਤੋਂ ਤਾਂ ਵਿਰੋਧ ਕਰਨਾ ਹੀ ਕਰਨਾ ਸੀ ਚੰਗੀਆਂ ਗੱਲਾਂ ਤੋਂ ਵੀ ਕਰ ਲੈਨੇ ਆਂ ਚੰਗੇ ਪਾਥੇ ਤੋਨੀ ਕਹਿੰਦੇ ਗੁਰਮਖ ਜਿਹੜਾ ਨਾ ਉਹਦੇ ਅੰਦਰ ਵਿਰੋਧ ਨਹੀਂ ਹੁੰਦਾ ਔਰ ਉਹ ਵੈਰ ਤੇ ਵਿਰੋਧ ਨੂੰ ਗਵਾ ਦਿੰਦਾ ਹੈ ਗੁਰਮਖ ਸਗਲੀ ਗਨਤ ਮਟਾਵਾ ਗੁਰਮਖ ਗਿਣਤੀਆਂ ਮਿੰਤੀਆਂ ਵਿੱਚ ਨਹੀਂ ਪੈਂਦਾ ਮੈਂ ਇੰਨੇ ਦਿਨ ਜਪਣਾ ਇੰਨੇ ਦਿਨ ਗੁਰਦੁਆਰੇ ਜਾਣਾ ਮੈਂ ਇੰਨੀ ਵੇਰੇ ਦਾ ਭਲਾ ਕੀਤਾ ਆ ਕੀਤਾ ਉਹ ਸਭ ਕੁਝ ਇੱਕ ਗਿਣਤੀਆਂ ਨੂੰ ਮਟਾ ਦਿੰਦਾ ਹੈ ਕਿਉਂਕਿ ਅਨਗਣਿਤ ਦੇ ਨਾਲ ਉਹਨੇ ਮਿਲਣਾ ਹੈ ਕਹਿ ਲੱਗਿਓ ਗਿਣਤੀਆਂ ਮਟਾਉਂਦਾ ਗੁਰਮਖ ਰਾਮ ਨਾਮ ਰੰਗ ਰਾਤਾ ਗੁਰਮਖ ਰੱਬ ਦੇ ਨਾਮ ਰੰਗ ਦੇ ਵਿੱਚ ਤਦਾਕਾਰ ਹੋਇਆ ਹੁੰਦਾ ਇੱਕਮਿਕਤਾ ਹਾਸਲ ਕੀਤੀ ਆ ਮਿਲਿਆ ਹੋਇਆ ਗੁਰਮਖ ਪਰਮਾਤਮਾ ਵਿੱਚ ਇੱਕਮਿਕਤਾ ਤੇ ਸਾਬ ਕਹਿੰਦੇ ਨਾਨਕ ਗੁਰਮਖ ਬ੍ਰਹਮ ਪਛਾਤਾ ਤੁਨ ਗੁਰੂ ਨਾਨਕ ਨਰਨਾਰੰਗੀ ਸਾਹਿਬ ਕਹਿੰਦੇ ਆ ਦੁਨੀਆ ਦੇ ਲੋਗੋ ਜਿਹੜਾ ਗੁਰਮਖੇ ਨਾ ਗੁਰੂ ਨਾਲ ਤੁੜਿਆ ਕਹਿੰਦੇ ਯਾਦ ਰੱਖਿਆ ਜੇ ਬ੍ਰਹਮ ਨੂੰ ਉਹਨੇ ਹੀ ਪਛਾਣਿਆ ਬਾਕੀ ਨਹੀਂ ਜਿਨੇ ਬ੍ਰਹਮ ਨੂੰ ਪਛਾਣ ਲਿਆ ਗੁਰਮਖ ਸੁਖ ਫਲ ਅਤ ਅਸਚਰਜਮ ਕਹਿੰਦੇ ਜਿਹੜਾ ਹੈਰਾਨ ਕਰਨ ਵਾਲਾ ਅਧਪੁੱਤ ਆਕਾਲ ਪੁਰਖ ਵੈ ਗੁਰੂ ਐ ਗੁਰਮੁਖਾਂ ਨੇ ਉਹਨੂੰ ਪਹਿਚਾਨ ਲਿਆ ਤੇ ਉਹਦੇ ਕੋਲ ਉਹ ਸੁਖੇ ਮਲਾਪ ਦਾ ਹੀਰਤ ਹਰਾਨ ਆਨ ਧਿਆਨ ਵਿਸਰਾਨੀ ਹੈ ਹੀਰਤ ਵੇਖਦੇ ਆਂ ਦੀਦਾਰ ਕਰਦੇ ਆਂ ਉਹ ਅਦਕੁਤ ਸੂਰਤ ਦਾ ਦੀਦਾਰ ਕਰਦੇ ਆਂ ਦਰਸ਼ਨ ਕਰਦੇ ਆਂ ਹੈਰਾਨ ਹੋ ਗਏ ਤੇ ਜਦੋਂ ਉਹਦਾ ਦੀਦਾਰ ਕਰ ਲਿਆ ਨਾ ਪ੍ਰਮਾਤਮਾ ਦਾ ਆਨ ਧਿਆਨ ਵਿਸਰਾਨੀ ਹੈ ਆਨ ਮੈਨੇ ਹੋਰ ਹੋਰ ਪਾਸੀ ਜਿਹੜਾ ਧਿਆਨ ਦਾਣਾ ਬਈ ਇੱਕ ਚੀਜ਼ ਚੰਗੀ ਸੋਹਣੀ ਵੇਖੀ ਤੇ ਦੂਜੀ ਉਦੋਂ ਸੋਹਣੀ ਦਿਸਣ ਲੱਗ ਪਈ ਚੀਜ਼ ਉਧਰ ਨੂੰ ਧਿਆਨ ਖਿੱਚਿਆ ਗਿਆ ਤੇ じゃ ਉਦੋਂ ਚੌਥਾ ਉਦੋਂ ਕਹਿੰਦੇ ਜਿੰਨੇ ਰੱਬ ਦਾ دیدار ਕਰ ਲਿਆ ਨਾ ਰੱਬ ਨਾਲੋਂ ਸੁੰਦਰਤਾ ਰੱਬ ਨਾਲੋਂ ਅਰ ਸ੍ਰੇਸ਼ਟਤਾ ਕਿਦੇ ਹੈ ਹੀ ਨਹੀਂ ਉਹ ਤਾਂ ਆਨ ਧਿਆਨ ਵਿਸਰਾਨੇ ਹੈ ਹੋਰ ਪਾਸਿਆਂ ਤੋਂ ਧਿਆਨ ਵਿਸਰ ਗਿਆ ਹੈ ਭੁੱਲ ਗਿਆ ਉਹਨੂੰ ਸਭ ਕੁਝ ਹੋਰ ਪਾਸੇ ਉਹਦਾ ਧਿਆਨ ਨਹੀਂ ਜਾਂਦਾ ਉਹਦਾ ਧਿਆਨ ਕੇਵਲ ਕਰਤੇ ਦੇ ਵਿੱਚ ਰਹਿ ਜਾਂਦਾ ਪਰਮਾਤਮਾ ਦੇ ਵਿੱਚ ਜੁੜਿਆ ਹੋਇਆ ਰਹਿ ਜਾਂਦਾ ਭਾਈ ਸਾਹਿਬ ਕਹਿੰਦੇ ਗੁਰਮਖ ਸੁਖ ਪਾਲ ਗੰਧ ਰਸ ਬਿਸਮਾ ਹੋਏ ਕਹ ਲੱਗੇ ਗੁਰਮਖ ਦੇ ਕੋਲ ਸੁਖ ਰੂਪੀ ਫਲ ਇਹ ਆ ਕਿ ਉਹਦੇ ਕੋਲ ਨਾਮ ਦੀ ਗੰਧ ਸੁਗੰਧੀ ਏ ਉਹਦੇ ਕੋਲ ਪ੍ਰਭੂ ਦੇ ਪ੍ਰੇਮ ਦੀ ਸੁਗੰਧੀ ਏ ਤੇ ਬਿਸ ਬੜਾ ਹੈਰਾਨੇ ਉਸ ਮਹਿਕ ਦੇ ਨਾਲ ਅੰਦਰ ਦੀ ਪਰਫੁੱਲਤਾ ਦੇ ਨਾਲ ਇੱਕ ਆਨੰਦ ਜਿਹਾ ਖੇੜਾ ਬਣਿਆ ਰਹਿੰਦਾ ਹੈ ਤੇ ਦੇਖਣ ਵਾਲੇ ਬੜੇ ਅਚੰਬਤ ਜਾਏ ਹੁੰਦੇ ਕਿ ਇਹ ਦੁੱਖ ਦੇ ਵਿੱਚ ਵੀ ਹੱਸੂ ਹੱਸੂ ਕਰਦਾ ਰਹਿੰਦਾ ਹੈ ਉਹ ਇੱਕ ਵੱਖਰਾ ਜਿਹਾ ਆਨੰਦ ਖੇੜਾ ਆ ਅਨ ਰਸ ਬਾਸਨਾ ਬਿਲਾਸ ਨਾਹਿ ਤਾਨੇ ਹੈ ਕਹਿ ਲੱਗੇ ਅਨ ਹੋਰ ਰਸ ਜਿਹੜੇ ਨੇ ਤੇ ਹੋਰ ਜਿਹੜੀਆਂ ਵਾਸ਼ਨਾਵਾਂ ਨੇ ਔਰ ਕਹਿ ਲੱਗੇ ਉਹ ਬਿਲਾਸ ਕੌਤਕ ਜਿਹੜੇ ਆ ਨਾ ਸੰਸਾਰ ਦੇ ਨਾਹਿ ਤਾਨੇ ਹੈ ਉਹ ਹਿੱਤ ਵਿੱਚ ਨਹੀਂ ਆਉਂਦੇ ਉਹ ਪ੍ਰੇਮ ਵਿੱਚ ਨਹੀਂ ਆਉਂਦੇ ਉਹ ਗੁਰਮਖ ਨੂੰ ਆਪਣੇ ਵੱਲੀ ਕਰਸ਼ਤ ਨਹੀਂ ਕਰ ਸਕਦੇ ਗੁਰਮਖ ਦਾ ਖਿਆਲ ਉਧਰ ਨਹੀਂ ਜਾਂਦਾ ਭਾਵੇਂ ਸੰਸਾਰ ਦੇ ਜਿੰਨੇ ਮਰਦੀ ਕੌਤਕ ਹੋਣ ਉਹ ਪਰਮਾਤਮਾ ਦੇ ਕੌਤਕਾਂ ਤੇ ਰੀਝਦਾ ਹੈ ਉਹ ਪਰਮਾਤਮਾ ਤੋਂ ਸવાય ਗੁਰਮਖ ਕਿਸੇ ਹੋਰ ਨੂੰ ਤੱਕਣਾ ਨਹੀਂ ਚਾਹੁੰਦਾ ਸੁੰਨਾ ਨਹੀਂ ਚਾਹੁੰਦਾ ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰਮਖ ਸੁਖ ਫਲ ਅਧ ਭੁੱਤ ਅਸਥਾਨ ਮ੍ਰਿਤ ਮੰਡਲਾ ਅਸਥਾਨਾਂ ਲੋਭਾਨੇ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਐਸਾ ਗੁਰਮਖ ਖੋਲ ਸੁਖ ਪਾਲਿਆ ਕਿ ਅਦ ਪੁੱਤ ਦਾ ਅਰਥ ਹੁੰਦਾ ਹੈ ਅਲੋਕਕ ਜਿਹਦਾ ਕੋਈ ਪਰਮਾਨ ਨਹੀਂ ਨ ਹੋਵੇ ਸੰਸਾਰ ਦੇ ਵਿੱਚ ਉਹ ਸੁਖ ਫਲ ਤੇ ਕਹ ਲੱਗੇ ਇੱਕ ਅਨੋਖਾ ਦਿਆ ਅਸਥਾਨ ਉਸ ਦਾ ਹਿਰਦਾ ਜਿੱਥੇ ਉਹ ਰਸਿਆ ਉਹ ਟਿਕਾਣਾ ਜਿੱਥੇ ਉਹ ਰਸ ਆਨੰਦ ਹੈ ਉਹ ਵੀ ਕਹਿੰਦੇ ਅਲੌਕਿਕ ਹੈ ਸੰਸਾਰ ਦੀ ਕਿਸੇ ਜਗ੍ਹਾ ਦੇ ਉਹਦੇ ਨਾਲ ਤੁਲਨਾ ਨਹੀਂ ਦਿੱਤੀ ਜਾ ਸਕਦੀ ਜਿੱਥੇ ਉਹ ਆਨੰਦ ਜਿੱਥੇ ਉਹ ਖੇੜਾ ਜਿੱਥੇ ਉਹ ਪ੍ਰਭੂ ਦਾ ਵਾਸਾ ਹੋਵੇ ਉਹਦੇ ਤੁਲ ਕੋਈ ਜਗ੍ਹਾ ਹੋ ਨਹੀਂ ਸਕਦੀ ਮ੍ਰਿਤ ਮੰਡਲਾ ਅਸਥਲਨ ਨਾਲੋਂ ਭਾਨੇ ਹੈ ਕਹਿੰਦੇ ਮ੍ਰਿਤ ਮੰਡਲਾ ਧਰਤੀ ਦੇ ਉੱਪਰ ਕਹਿੰ ਲੱਗੇ ਕੋਈ ਐਸਾ ਟਿਕਾਣਾ ਨਹੀਂ ਜਿਹਦੀ ਤੁਲਨਾ ਉਹਦੇ ਨਾਲ ਕਰ ਸਕੀ ਜਿੱਥੇ ਪ੍ਰਭੂ ਦਾ ਵਾਸਾ ਜਿੱਥੇ ਪ੍ਰਭੂ ਦਾ ਰਸ ਆਨੰਦਿਆ ਭਾਈ ਸਾਹਿਬ ਕਹਿੰਦੇ ਗੁਰਮਖ ਸੁਖ ਫਲ ਸੰਗਤ ਮਲਾਪ ਦੇਖ ਗੁਰਮਖ ਦੇ ਕੋਲ ਸੁਖ ਫਲ ਕੀ ਆ ਭਾਈ ਗੁਰਦਾਸ ਸਾਹਿਬ ਕਹਿੰਦੇ ਜਦੋਂ ਸੰਗਤ ਨਾਲ ਮਿਲਾਪ ਕਰਦਾ ਸੰਗਤ ਨਾਲ ਮਿਲ ਕੇ ਕਿਉਂ ਕਹਿੰਦੇ ਸੰਗਤ ਦੇ ਵਿੱਚ ਆ ਕੇ ਉਹਨੂੰ ਇਹ ਸੁਖ ਫਲ ਮਿਲਦਾ ਹੈ ਸੰਗਤ ਦੇ ਵਿੱਚ ਪ੍ਰਭੂ ਦਾ ਵਾਸਾ ਵਿਚ ਸੰਗਤ ਹਰ ਪ੍ਰਭ ਵਸੈ ਜਿਉ ਪ੍ਰਭੂ ਦਾ ਵਾਸਾ ਤੇ ਸਾਧ ਸੰਗਤ ਜਿਹੜੀ ਆ ਇਹ ਭਾਗਾ ਤੋਂ ਬਗੈਰ ਮਿਲਦੀ ਨਹੀਂ ਤੇ ਪਾਏ ਗੁਰਦਾਸ ਸਾਹਿਬ ਕਹਿੰਦੇ ਨੇ ਸਜਣਾ ਉਹਨੂੰ ਸੁਖ ਭਲੇ ਆ ਸੰਗਤ ਵਿੱਚ ਮਿਲਦਾ ਆ ਵੱਡ ਭਾਗੀ ਹਰ ਸੰਗਤ ਪਾਵੈ ਭਾਗਹੀਨ ਪਰਮ ਚੂਟਾਂ ਖਾਬੈ ਬਿਨ ਭਾਗਾ ਸਤ ਸੰਗ ਨਾਲ ਲੱਭੈ ਬਿਨ ਸੰਗਤ ਮੈਲਪੁਰੀ ਜੈ ਜਿਉ ਵੱਡ ਭਾਗੀ ਸਾਧ ਸੰਗ ਪ੍ਰਪਤ ਤਿੰਨ ਭੇਟ ਤ ਦੁਰਮਤ ਖੋਈ ਤਨ ਕੀ ਧੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਰਿਧੈ ਪਰੋਈ ਉਹਨਾਂ ਦੀ ਧੂੜੀ ਸਤਗੁਰੂ ਮੰਗਦੇ ਆ ਜਿਨ੍ਹਾਂ ਦੇ ਹਿਰਦੇ ਵਿੱਚ ਹਰ ਵਕਤ ਜੁੜਿਆ ਰਹਿੰਦਾ ਸਤਨਾਮ ਵੈਗ ਉਹਨਾਂ ਦੀ ਚਰਨ ਧੂੜੀ ਗੁਰੂ ਮੰਗਦੇ ਮਹਾਰਾਜ ਸਾਹਿਬ ਕਹਿੰਦੇ ਆ ਗੁਰਮੁਖ ਨੂੰ ਸੁਖਾਂ ਦਾ ਫਲ ਉਥੋਂ ਪ੍ਰਾਪਤ ਹੁੰਦਾ ਹੈ ਕਿ ਉਹ ਜਗ੍ਹਾ ਜਿੱਥੇ ਸਤ ਸੰਗਤ ਵਿੱਚ ਆ ਕੇ ਉਹ ਰਸ ਗੁਰਮਖ ਉਥੋਂ ਮਾਣਦਾ ਆਨੰਦਤ ਹੁੰਦਾ ਆਨ ਗਿਆਨ ਧਿਆਨ ਸਭ ਨੇ ਰਸ ਕਰ ਜਾਣੇ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਆਨ ਗਿਆਨ ਪ੍ਰਭੂ ਦੇ ਗਿਆਨ ਤੋਂ ਬਗੈਰ ਹੋਰ ਜਿੰਨਾ ਵੀ ਦੁਨੀਆ ਦਾ ਗਿਆਨ ਪ੍ਰਭੂ ਦੇ ਧਿਆਨ ਤੋਂ ਬਿਨਾ ਜਿੰਨਾ ਵੀ ਦੁਨੀਆ ਦਾ ਧਿਆਨ ਅਪਕ ਕਹਿੰਦੇ ਫਲਾਨੀ ਗੱਲ ਵੀ ਮੇਰੇ ਧਿਆਨ ਚ ਹਾਂ ਫਲਾਨੇ ਥਾਂ ਤੇ ਗਿਆ ਮੇਰੇ ਧਿਆਨ ਚ ਔਰ ਮਹਾਰਾਜ ਕਹਿੰਦੇ ਜਿੰਨਾ ਵੀ ਦੁਨੀਆ ਦਾ ਧਿਆਨ ਹੈ ਨਾ ਜਦੋਂ ਪ੍ਰਭੂ ਦਾ ਧਿਆਨ ਧਰ ਲਿਆ ਪ੍ਰਭੂ ਦੇ ਚਰਨਾਂ ਵਿੱਚ ਧਿਆਨ ਟਿਕ ਗਿਆ ਹੋਰ ਕੁਝ ਦੇਖਣ ਨੂੰ ਜੀ ਨਹੀਂ ਕਰਨਾ ਕਹ ਲਗੇ ਨਿਰਾਸ ਕਰ ਜਾਣੇ ਹੈ ਦੁਨੀਆ ਦੀਆਂ ਵਸਤੂਆਂ ਨੂੰ ਫੀਂੀਆਂ ਦਾਣਿਆਂ ਨਿਰਾਸ ਰਸ ਤੋ ਰੈਤ ਇਹ ਦਾਣਿਆ ਬਈ ਰਸ ਜਿਹੜਾ ਹੈ ਜੀਵ ਨੂੰ ਅੰਦਰੋਂ ਆਨੰਦਿਤ ਕਰਨ ਵਾਲਾ ਉਹ ਪ੍ਰਭੂ ਦਾ ਨਾਮ ਹੈ ਤੇ ਮਹਾਰਾਜ ਨੇ ਬਾਣੀ ਅੰਦਰ ਬਚਨ ਕੀਤੇ ਰਾਰਾ ਰਸ ਨਿਰਾਸ ਕਰ ਦਾਨਿਆ ਰਾਰੇ ਅਖਰ ਦੁਆਰਾ ਅਰ ਰਾਰਾ ਰਸ ਨਿਰਾਸ ਕਰ ਦਾਨਿਆ ਹੋਏ ਨਿਰਾਸ ਸੋ ਰਸ ਪਹਿਚਾਨਿਆ ਇਹ ਰਸ ਛਾੜੇ ਦੁਨੀਆਂ ਵਾਲੇ ਇਹ ਰਸ ਛਾੜੇ ਉਹ ਰਸ ਆਵਾ ਤੇ ਇੱਥੇ ਇੱਕ ਸਵਾਲ ਖੜਾ ਹੋ ਜਾਂਦਾ ਹੈ ਭਈ ਇਹ ਸਾਰੇ ਸੰਸਾਰ ਦੇ ਰਸ ਕਸ ਛੱਡਨੇ ਵਾਂਗੇ ਤੇ ਬਚਾਂਗੇ ਕਿਵੇਂ ਕੁਝ ਸੰਸਾਰ ਵਿੱਚ ਜਿੰਦਾ ਰਹਿਣ ਲਈ ਭੋਜਨ ਆਦ ਖਾਂਦੇ ਨੇ ਵਸਤੂਆਂ ਨੂੰ ਖਾਣਾ ਪੀਣਾ ਹੈ ਭਈ ਜਿੰਦਾ ਰਹੀਏ ਖਤਮ ਹੀ ਨਾ ਹੋਦਾ ਹੀ ਤੇ ਕੁਝ ਮੇਰੇ ਵਰਗੇ ਜਿਹੜੇ ਨੇ ਉਹ ਜਿੰਦਾ ਹੀ ਇਸ ਲਈ ਨੇ ਕਿ ਖਾਣ ਵਾਸਤੇ ਉਹਨਾਂ ਦਾ ਮਤਲਬ ਕੋਈ ਨਹੀਂ ਤੜਕੇ ਉੱਠੇ ਕੁਝ ਖਾ ਲਿਆ ਫੇਰ ਕੁਝ ਖਾ ਲਿਆ ਸਾਰੀ ਦਿਹਾੜੀ ਮੈਂ ਨਾ ਬਦਲ ਬਦਲ ਕੇ ਉਹਨਾਂ ਨੂੰ ਆਟਮਾ ਖਵਾਈ ਦਵਾਂ ਤੇ ਪੇਟ ਦਾ ਪਟਾਕਾ ਤਾਂ ਭਾਵੇਂ ਪੈ ਜਾਵੇ ਖਾਣੋਂ ਨਹੀਂ ਹਟਦੇ ਉਹ ਖਾਣ ਵਾਸਤੇ ਜਿੰਦਾ ਨੇ ਤੇ ਜਿਹੜੇ ਜਿੰਦਾ ਰਹਿਣ ਵਾਸਤੇ ਖਾਂਦੇ ਨੇ ਉਹਨਾਂ ਦੇ ਸਰੀਰ ਵੀ ਸੈੱਟ ਹੁੰਦੇ ਆ ਤੇ ਆਮ ਵੀ ਔਰ ਜ਼ਿੰਦਗੀ ਵੀ ਸੁਖਾਲੀ ਹੁੰਦੀ ਏ ਸਭ ਵੀ ਸੁਖਾਲਾ ਹੁੰਦਾ ਹੈ ਨਹੀਂ ਤੇ ਮੇਰੀ ਤਰ੍ਹਾਂ ਹੋਂਕੀ ਜਾਂਦੇ ਨੇ ਔਰ ਸਰੀਰ ਜਿਹੜੇ ਬੇਟੰਗੇ ਹੁੰਦੇ ਜਾਂਦੇ ਉਹ ਖਾਣ ਵਾਸਤੇ ਜਿੰਦਾ ਨੇ ਜਿੰਦਾ ਰਹਿਣ ਵਾਸਤੇ ਨਹੀਂ ਉਹਨਾਂ ਨੇ ਉਹਨਾਂ ਰਸਾਂ ਨੂੰ ਰਸਾਂ ਨੂੰ ਐਉਂ त्यागਿਆ ਕਿ ਸਰੀਰ ਜਿਹੜਾ ਇਹਨੂੰ ਸਵਸਥ ਰੱਖਣਾ ਇੰਨਾ ਕੁ ਭੋਜਨ ਕਰਨਾ ਹੈ ਕਿਉਂਕਿ ਸਰੀਰ ਸਵਸਥ ਰਹੇਗਾ ਤੇ ਭਜਨ ਵਿੱਚ ਜੁੜਿਆ ਰਹੇਗਾ ਅਗਰ ਬੋਤਾ ਖਾਣ ਆਦ ਦੇ ਨਾਲ ਸਰੀਰ ਰੋਗਤ ਹੋ ਗਿਆ ਤੇ ਤਾਂ ਵੀ ਭੋਜਨ ਨਹੀਂ ਹੋਣਾ ਅਸਲੋਂ ਭੋਜਨ ਛੱਡਣ ਨਾਲ ਸਰੀਰ 'ਚ ਕੋਈ ਪ੍ਰੋਬਲਮ ਖੜੀ ਹੋ ਗਈ ਤੇ ਸਰੀਰ ਨੇ ਫੇਰ ਵੀ ਜੁੜਨਾ ਧਿਆਨ ਭੁੱਖ ਤੇ ਜਾਵੇਗਾ ਇਸ ਕਰਕੇ ਉਹ ਬੋਤਾ ਅੰਦਰ ਰਸਾਂ ਦਾ ਤਿਆਗ ਕਰਦੇ ਇਹਨਾਂ ਨੂੰ ਬੱਕ ਬੱਕੇ ਉਹਨਾਂ 'ਕਿ ਇਸਤੇਮਾਲ ਕਰਦੇ ਨੇ ਜਿੰਨੇ ਨਾਲ ਸਰੀਰ ਸੈੱਟ ਰਹੇ ਕਿ ਭਗਵਾਨ ਨੂੰ ਮਿਲਣਾ ਹੈ ਨਾ ਕਿ ਰਸਾਂ ਵਿੱਚ ਮਿਲਣਾ ਹੈ ਉਹ ਉਹਨਾਂ ਕੋ ਇਹਨਾਂ ਨੂੰ ਗ੍ਰਹਿਣ ਕਰ ਦੇ ਔਰ ਰਾ ਰਾਸ ਨਿਰਾਸ ਕਰ ਜਾਣਿਆ ਹੋਏ ਨਿਰਸ ਸੋ ਰਸ ਪਹਿਚਾਨਿਆ ਇਹ ਰਸ ਛਾੜੇ ਇਹਨਾਂ ਦੀ ਲੁਭਾਈ ਮਾਨਤਾ ਇਹਨਾਂ ਦੀ ਇਕੱਤਰਤਾ ਇਹਨਾਂ ਲਈ ਜਿਉਣਾ ਇਹਨਾਂ ਦੇ ਮੰਗਰ ਭਜਣਾ ਇਹ ਰਸ ਛਾੜੇ ਉਹ ਰਸ ਆਵਾ ਉਹ ਰਸ ਪੀਆ ਨਾਮ ਰਸ ਇਹ ਰਸ ਨਹੀਂ ਭਾਵਾ ਜਦਨ ਉਹ ਨਾਮ ਦਾ ਰਸ ਪੀ ਲਿਆ ਨਾ ਉਦਨੇ ਦੁਨੀਆ ਦੇ ਰਸ ਔਰ ਬਕ ਬਕੇ ਹੋ ਦਾਣਾ ਕੀਤੇ ਉਦਨ ਇਹ ਚੰਗੇ ਨਾ ਲੱਗੇ ਭਾਈ ਗੁਰਦਾਸ ਸਾਹਿਬ ਨੇ ਸਾਨੂੰ ਸਮਝਾਇਆ ਭਾਈ ਗੁਰਮਖ ਦਾ ਜੀਵਨ ਐਸਾ ਹੈ ਤੇ ਗੁਰਮਖ ਦੇਵਨ ਜਿਹੜਾ ਉਹ ਗੁਰੂ ਤੋਂ ਸਵਾਏ ਹੋ ਨਹੀਂ ਸਕਦਾ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਦੀ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਐ ਅਸੀਂ ਇਹਦੇ ਵਿੱਚੋਂ ਬਚਨਾਂ ਚੋਂ ਸਿੱਖਿਆ ਲੈ ਕੇ ਆਪਣਾ ਜੀਵਨ ਗੁਰਮਖ ਬਣਾਈਏ ਤੇ ਗੁਰਮਖਾਂ ਦੀ ਤਰ੍ਹਾਂ ਗੁਰੂ ਦੇ ਨਾਮ ਦਾ ਰਸ ਮਾਣੀਏ ਫਿਰ ਸਾਡਾ ਆਇਆ ਹੋਇਆ ਸਫਲਾ ਹੋਵੇਗਾ ਔਰ ਗੁਰਮਤ ਦੀ ਵਿਚਾਰ ਭਾਈ ਸਾਹਿਬ ਦੀ ਰਚਨਾ ਦੀ ਵਿਚਾਰ ਕਰਦਿਆਂ ਸੰਖੇਪ ਰੂਪ ਅੰਦਰ ਬੇੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ ਸਤਿਗੁਰੂ ਦੇ ਗੁਰਮਤ ਦੇ ਬਚਨ ਜਾਣ ਕੇ ਗਿਆਨ ਦੇ ਬਚਨ ਜਾਣ ਕੇ ਇਹਨਾਂ ਸਿੱਖਿਆਵਾਂ ਨੂੰ ਹਿਰਦਿਆਂ ਚ ਬਸਾਵਣਾ ਤੇ ਅੰਦਰੋਂ ਗੁਰੂ ਵੱਲ ਨੂੰ ਚੱਲਣਾ ਗੁਰੂ ਨਾਲ ਜੁੜਨਾ ਗੁਰੂ ਵਾਲੇ ਬੰਨਾ ਫਿਰ ਸਾਡਾ ਆਇਆ ਸਫਲਾ ਅਰਦਾਸ ਤੋਂ ਮੂਰਖਤਾ ਵਸ ਹੋਈਆਂ ਫੁੱਲ ਪੁਲਾਵਾਂ ਨੂੰ ਨਾ ਚਿਤਾਰਨਾ ਗੁਰੂ ਚਰਣਾ ਅੰਦਰ ਅਰਦਾਸ ਕਰੀਏ ਸਾਡਾ ਆਇਆ ਸਫਲਾ ਹੋ ਸਕੇ ਇਨੀਆਂ ਕੋ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ